ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ PPTV ਔਰ ਮੈਂ ਇਰਫਾਨ ਸਮੋਰ। ਅਸੀਂ ਅੱਜ ਇੱਕ ਵਾਰ ਫਿਰ ਦਰਬਾਰ ਕਰਤਾਰਪੁਰ ਸਾਹਿਬ ਆਏ ਹਾਂ ਔਰ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ। ਇੱਕ ਫੈਮਿਲੀ ਮੇਰੇ ਨਾਲ ਮੌਜੂਦ ਹੈ, ਸ਼ੋਪਿੰਗ ਕਰਕੇ ਆਏ ਨੇ ਮਾਰਕੀਟ 'ਚ। ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਜ਼ਰਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਅਸੀਂ ਪਹਿਲੀ ਹਾਲ ਚਾਲ ਦੇ ਭਾਅ ਜੀ? ਬਸ ਬਹੁਤ ਵਧੀਆ ਸਰ। ਕੀ ਨਾਮ ਆਪਣਾ? ਬਲਦੇਵ ਸਿੰਘ। ਅੱਛਾ, ਅਤੇ ਕਿੱਥੋਂ ਆਏ ਭਾਅ ਜੀ? ਅਸੀਂ ਇੱਥੇ ਘੋਨਿਆਲ ਤੋਂ ਆਏ ਹਾਂ, ਲਾਗੋ ਹੀ ਸਰ ਜੀ। ਗਵਾਂਢੀ ਹੋ ਫਿਰ ਤੇ? ਜ਼ਰੂਰ ਜੀ ਜੀ। ਅਤੇ ਕਿੱਦਾਂ ਲੱਗਾ ਆ ਕੇ? ਬਹੁਤ ਵਧੀਆ ਲੱਗਾ ਸਰ ਆਣ ਕੇ। ਪਹਿਲੀ ਵਾਰ ਅਸੀਂ ਆਏ ਹਾਂ, ਬਹੁਤ ਵਧੀਆ ਆ, ਬਹੁਤ ਇੱਜ਼ਤ ਮਾਣ ਆਦਰ ਕਰਦੇ ਨੇ ਲੋਕ। ਅੱਛਾ, ਪਹਿਲੀ ਵਾਰ ਆਇਆ, ਆਖਰੀ ਤਾਂ ਨਹੀਂ? ਨਹੀਂ, ਆਖਰੀ ਨਹੀਂ ਆਈ, ਹੁਣ ਦੁਬਾਰਾ ਫਿਰ ਆਵਾਂਗੇ। ਅੱਛਾ, ਦੁਬਾਰਾ ਫਿਰ ਆਓਗੇ? ਕਿਉਂ, ਮਨ ਨਹੀਂ ਭਰਿਆ ਇੱਕ ਵਾਰ ਨਾਲ? ਨਹੀਂ ਨਹੀਂ, ਅੱਛਾ ਬਾਰ ਬਾਰ ਆਵਾਂਗੇ। ਅੱਛਾ ਜੀ, ਕੀ ਬਾਤ ਹੈ, ਜ਼ਬਰਦਸਤ। ਅਤੇ ਆਪਣਾ ਕਿੱਦਾਂ ਦਾ ਲੱਗਾ, ਕੀ ਮਾਹੌਲ ਦੇਖਿਆ? ਬਹੁਤ ਵਧੀਆ ਵਾ, ਦਰਬਾਰ ਹੈ, ਬਾਬੇ ਨਾਨਕ ਦੇ ਦਰਸ਼ਨ ਮਿਲੇ ਹੋਏ ਆ, ਬਹੁਤ ਸਾਲਾਂ ਬਾਅਦ ਖੁੱਲ੍ਹਾ ਕੋਲੀਡੋਰ। ਇਹ ਹਮੇਸ਼ਾ ਵਾਸਤੇ ਖੁੱਲ੍ਹ ਜਾਣੇ ਚਾਹੀਦੇ ਦਰਵਾਜ਼ੇ ਹਰ ਕਿਸੇ ਦੇ, ਦੋਵੇਂ ਭਾਈਚਾਰੇ ਨਾਲ ਰਹਿਣ ਚਾਹੀਦਾ ਪਿਆਰ ਨਾਲ। ਹਾਂਜੀ ਬਾਜੀ, ਤੁਸੀਂ ਦੱਸੋ ਕੁਛ, ਕੀ ਹਾਲ ਚਾਲ ਨੇ ਤੁਹਾਡੇ ਸਭ ਤੋਂ ਪਹਿਲਾਂ? ਹਾਂਜੀ, ਠੀਕ ਠਾਕ ਜੀ, ਵਧੀਆ। ਵਧੀਆ ਜੀ, ਅਤੇ ਕਿੱਦਾਂ ਲੱਗਾ ਇੱਥੇ ਆ ਕੇ? ਬਹੁਤ ਵਧੀਆ ਲੱਗਾ ਸਰ। ਤੁਸੀਂ ਭਾਅ ਜੀ ਨੂੰ ਲੈ ਕੇ ਆਏ ਹੋ ਜਾਂ ਭਾਅ ਜੀ ਤੁਹਾਨੂੰ ਲੈ ਕੇ ਆਏ? ਭਾਅ ਜੀ ਸਾਨੂੰ ਲੈ ਕੇ ਆਏ ਜੀ। ਅੱਛਾ ਜੀ, ਹਾਂਜੀ। ਆਪਣਾ ਕਦੋਂ ਦਾ ਪ੍ਰੋਗਰਾਮ ਬਣ ਰਿਹਾ ਸੀਗਾ? ਸਰ ਇਹ ਜਰਮਨ 'ਚ ਰਹਿੰਦੇ ਨੇ, ਜਰਮਨ 'ਚੋਂ ਆਏ ਹੋਏ ਸੀਗੇ, ਅਤੇ ਫਿਰ ਅਸੀਂ ਪ੍ਰੋਗਰਾਮ ਪਤਾ ਲੱਗਾ ਕਿ ਕੋਰੀਡੋਰ ਖੁੱਲ੍ਹਿਆ ਹੋਇਆ ਵਾ, ਅਤੇ ਅਸੀਂ ਜਦੋਂ ਪਤਾ ਲੱਗਾ ਖੁੱਲ੍ਹਿਆ ਅਸੀਂ ਉਸੇ ਟਾਈਮ ਹੀ ਰਜਿਸਟ੍ਰੇਸ਼ਨ ਕਰਵਾਈ ਅਤੇ ਆ ਗਏ। ਅੱਛਾ ਬਾਜੀ, ਮੈਨੂੰ ਸਰ ਨਹੀਂ ਕਹਿਣਾ, ਮੈਂ ਤੁਹਾਡਾ ਭਰਾ ਵਾਂ। ਠੀਕ ਹੈ ਜੀ, ਅਤੇ ਆਪਣਾ ਮੱਥਾ ਮੱਥਾ ਟੇਕ ਲਿਆ? ਹਾਂਜੀ ਹਾਂਜੀ, ਮੱਥਾ ਟੇਕ ਲਿਆ ਜੀ। ਹੋਰ ਲੰਗਰ ਵੀ ਚੱਕ ਲਿਆ? ਹਾਂਜੀ, ਲੰਗਰ ਵੀ ਛਕ ਲਿਆ। ਕਿੱਦਾਂ ਦਾ ਸੀ ਲੰਗਰ? ਬਹੁਤ ਵਧੀਆ ਸੀ ਜੀ, ਮਹਾਰਾਜ ਦਾ ਲੰਗਰ ਕਿਹੜਾ ਮਾੜਾ ਹੁੰਦਾ ਹੈ, ਬਹੁਤ ਵਧੀਆ ਸੀ। ਹਾਂਜੀ, ਲੰਗਰ ਦੇ ਇੰਤਜ਼ਾਮ ਜਿਹੜੇ ਇੱਥੇ ਉਹਨਾਂ ਨੇ ਕੀਤੇ ਹੋਏ ਨੇ ਉਹ ਸਹੀ ਸੀਗੇ? ਹਾਂਜੀ ਬਿਲਕੁਲ ਸਹੀ ਸੀ ਸਰ, ਬਹੁਤ ਵਧੀਆ ਸੀਗੇ। ਹਾਂਜੀ, ਤੁਸੀਂ ਸ਼ਾਇਦ ਮਾਰਕੀਟ 'ਚੋਂ ਆ ਰਹੇ ਸ਼ੋਪਿੰਗ ਵਗੈਰਾ ਕਰਕੇ? ਹਾਂਜੀ ਸਰ, ਸ਼ੋਪਿੰਗ ਕੀਤੀ ਜੀ, ਅਸੀਂ ਕਿਹਾ ਆਏ ਹਾਂ ਅਤੇ ਪਾਕਿਸਤਾਨ ਦੀ ਕੋਈ ਚੀਜ਼ ਗਿਫਟ ਲੈ ਜਾਈਏ। ਹਾਂਜੀ, ਅਤੇ ਫਿਰ ਕਿੱਦਾਂ ਦੀਆਂ ਲੱਗੀਆਂ ਪਾਕਿਸਤਾਨ ਦੀਆਂ ਚੀਜ਼ਾਂ ਅਤੇ ਕੀ ਖਰੀਦਿਆ? ਸਰ ਬਹੁਤ ਵਧੀਆ ਲੱਗਿਆ ਡਰਾਈਵ। ਬਾਬਾ ਜੀ, ਪਹਿਲੀ ਗੱਲ ਤਾਂ ਸਰ ਨਹੀਂ ਕਹਿਣਾ, ਤੁਸੀਂ ਦੇਖੋ ਤੁਸੀਂ ਭੈਣ ਹੋ ਮੇਰੀ, ਮੈਂ ਛੋਟਾ ਭਰਾ ਵਾਂ ਤੁਹਾਡਾ, ਸਰ ਨਹੀਂ। ਬਹੁਤ ਵਧੀਆ ਲੱਗਿਆ, ਡਰਾਈ ਫਰੂਟ ਰੇਸ ਖਰੀਦੀਆਂ ਹੋਈਆਂ ਨੇ ਅਸੀਂ, ਬਹੁਤ ਵਧੀਆ ਲੱਗੀਆਂ। ਅੱਛਾ, ਇੱਥੇ ਬਹੁਤੇ ਲੋਕ ਜਿਹੜੇ ਨੇ ਯਾਤਰੀ ਆ ਰਹੇ ਨੇ, ਡਰਾਈ ਫਰੂਟ ਖਰੀਦ ਰਹੇ ਨੇ? ਅੱਛਾ, ਡਰਾਈ ਫਰੂਟ ਟ੍ਰੇ। ਅੱਛਾ ਅੱਛਾ, ਠੀਕ ਹੈ। ਮੈਂ ਕਿਹਾ ਇੱਕ ਹੋਰ ਫੈਮਿਲੀ ਨਾਲ ਮੇਰੀ ਗੱਲਬਾਤ ਹੋਈ, ਉਹਨਾਂ ਨੇ ਵੀ ਡਰਾਈ ਫਰੂਟ ਉਹ ਤਾਰੀਫਾਂ ਕਰ ਰਹੇ ਸੀ, ਡਰਾਈ ਫਰੂਟ ਬਹੁਤ ਅੱਛਾ ਵਾ। ਮੈਂ ਕਿਹਾ ਪਤਾ ਨਹੀਂ, ਸ਼ਾਇਦ ਉੱਥੇ ਮਿਲਦਾ ਨਹੀਂ ਵਾ। ਹੋਰ ਕੀ ਖਰੀਦਿਆ ਜੀ, ਖਾਸ ਚੀਜ਼ ਕਿਹੜੀ ਖਰੀਦੀ? ਸਰ ਡਰਾਈ ਫਰੂਟ ਟ੍ਰੀ ਹੈ ਜੀ, ਮੈਂ ਖਰੀਦੀ ਜੀ, ਹੋਰ ਤਾਂ ਮੈਂ ਕੁਛ ਨਹੀਂ। ਠੀਕ ਜੀ ਭਾਅ ਜੀ, ਤੁਸੀਂ ਲੱਗਦਾ ਕੁਛ ਵੱਖਰਾ ਖਰੀਦਿਆ? ਨਹੀਂ, ਨਾਲ ਹੀ ਇਹਨਾਂ ਖਰੀਦਿਆ ਸਭ ਕੁਛ, ਘਰ ਵਾਸਤੇ ਐਵੇਂ ਛੋਟੇ ਛੋਟੀਆਂ ਸੁਗਾਤਾਂ ਵਾਂ, ਗੁਆਂਢੀ ਮੁਲਕ ਦੀ ਸੁਗਾਤ ਖਰੀਦ ਕੇ ਜ਼ਰੂਰ ਖਾਣੀ ਚਾਹੀਦੀ ਕੋਈ ਨਾ ਕੋਈ ਚੀਜ਼। ਕੀ ਬਾਤ ਹੈ, ਅਤੇ ਆਪਣਾ ਹੋਰ ਉੱਥੇ 11 ਬੇਲੀਆਂ ਲਈ ਵੀ ਲੈ ਕੇ ਚੱਲੇ ਹੋ ਕੁਛ? ਬਿਲਕੁਲ ਬਿਲਕੁਲ, ਖੜਿਆ ਜੀ ਨਾਲ ਸਭ ਕੁਝ ਆ, ਪ੍ਰਸ਼ਾਦ ਹੈ ਬਾਬੇ ਦਾ। ਸਭ ਤੋਂ ਅੱਛੀ ਗੱਲ ਇਹ ਆ ਵੀ ਅਸੀਂ ਦਰਸ਼ਨ ਮੇਲੇ ਹੋ ਗਏ ਆ, ਸਭ ਤੋਂ ਇਹ ਸਭ ਤੋਂ ਵਧੀਆ ਵਾ। ਇਹ ਹਮੇਸ਼ਾ ਵਾਸਤੇ ਖੁੱਲ੍ਹ ਜਾਣੇ ਚਾਹੀਦੇ ਦਰਵਾਜ਼ੇ, ਸਿੱਖ ਭਾਵਨਾ ਸਾਰਿਆਂ ਦੇ ਪਿਆਰ ਨਾਲ ਰਹਿਣਾ ਚਾਹੀਦਾ ਹਰ ਇੱਕ। ਪਹਿਲਾਂ ਆਉਂਦੇ ਹੋਣੇ ਉੱਥੋਂ ਦੂਰਬੀਨ ਤੋਂ ਦੇਖਦੇ ਹੋਣੇ? ਜੀ ਜੀ, ਅਤੇ ਹੁਣ ਲਾਗੇ ਆਣ ਕੇ ਬਾਬਾ ਜੀ ਨੇ ਦਰਸ਼ਨ ਮੇਲੇ ਕਰਾਤੇ ਆ। ਅੱਛਾ, ਇੱਥੋਂ ਦੇ ਲੋਕਾਂ ਨਾਲ ਮਿਲੇ ਹੋ? ਹਾਂਜੀ, ਮੈਂ ਕਾਫੀ ਅੱਛੇ ਨੇ ਲੋਕ, ਪਿਆਰ ਮੁਹੱਬਤ ਨਾਲ ਰਹਿੰਦੇ ਨੇ। ਇਹ ਗੌਰਮੈਂਟਾਂ ਨੇ ਪਾਈਆਂ ਹੋਈਆਂ ਜੋ ਪਾਈਆਂ ਹੋਈਆਂ, ਬਾਕੀ ਲੋਕਾਂ ਵਾਸਤੇ ਇੱਕ ਹੀ ਹੈ ਦੋਵੇਂ ਮੁਲਕ, ਪਿਆਰ ਮੁਹੱਬਤ ਨਾਲ ਰਹਿਣਗੇ। ਅੱਛਾ, ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਗਵਰਨਮੈਂਟ ਨੇ ਪਾਈਆਂ ਨੇ, ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ, ਲੋਕ ਇੱਕੋ ਜਿਹੇ ਨੇ, ਇਹ ਲੋਕਾਂ ਨਾਲ ਮਿਲ ਕੇ ਪਤਾ ਚੱਲਿਆ ਜਾਂ ਪਹਿਲਾਂ ਪਤਾ ਸੀਗਾ? ਨਹੀਂ, ਮੈਂ ਕਾਫੀ ਚਿਰ ਤੋਂ ਪਾਕਿਸਤਾਨੀਆਂ ਦੇ ਨਾਲ ਰਹਿੰਦਾ ਵਾਂ। ਕਿੱਥੇ? ਜਰਮਨੀ। 10 ਸਾਲ ਹੋ ਗਏ ਇਹਨਾਂ ਨਾਲ, ਅਤੇ ਜ਼ਿਆਦਾ ਪੋਲੀਟਿਕਸ ਆ ਹੋਰ ਕੋਈ ਨਹੀਂ ਹੈਗੀ, ਬਾਕੀ ਇੱਕੋ ਆ ਮੁਲਕ, ਲੋਕ ਇੱਕੋ ਆ, ਆਵਾਮ ਇੱਕੋ ਆ, ਸਾਰੀ ਦੋਵਾਂ ਮੁਲਕਾਂ ਦੀ ਆਵਾਮ ਨੂੰ ਨਹੀਂ ਹੈ ਕੋਈ ਤਕਲੀਫ, ਗੌਰਮੈਂਟਾਂ ਨੂੰ ਆ।
ਤੇ ਉਹ ਵੀ ਹੁਣ ਇਹਨਾਂ ਖੋਲ ਦਿੱਤਾ ਵਾ, ਗੌਰਮੈਂਟਾਂ ਵੀ ਹੋ ਜਾਣ ਸ਼ਾਇਦ। ਅੱਛਾ, ਤੇ ਤੁਸੀਂ ਜਰਮਨੀ ਰਹਿੰਦੇ ਹੋ, ਤੁਸੀਂ ਆ ਗਏ ਹੋ ਫਿਰ ਦੁਬਾਰਾ ਜਰਮਨੀ ਜਾਣ ਦਾ ਜੇ ਹੋਏਗਾ ਪਲੈਨ, ਤੇ ਲੋਕੀ ਕਹਿੰਦੇ ਨੇ ਕਿ ਜਿਹੜਾ ਪਾਕਿਸਤਾਨ ਚਲਾ ਜਾਂਦਾ ਵਾ ਉਹਦੇ ਪਾਸਪੋਰਟ ਤੇ ਕੋਈ ਸਟੈਂਪ ਲੱਗ ਜਾਂਦੀ ਆ ਤੇ ਫਿਰ ਉਹ ਕਿਸੇ ਹੋਰ ਕੰਟਰੀ ਨਹੀਂ ਜਾ ਸਕਦਾ, ਤੇ ਤੁਸੀਂ ਫਿਰ ਕਿੱਦਾਂ ਜਾਓਗੇ? ਇਹ ਅਫਵਾਹਾਂ ਹੀ ਆ, ਕੋਈ ਮੋਹਰ ਨਹੀਂ ਲਾਉਂਦੇ, ਖੁੱਲ੍ਹੇ ਹੀ ਆ ਇਹ ਅਫਵਾਹਾਂ ਉੱਡਦੀਆਂ, ਜਿੱਦਾਂ ਜਿੱਦਾਂ ਅਫਵਾਹ ਉੱਡਦੀ ਹੋਵੇ ਵੈਸੇ, ਹੋਰ ਕੋਈ ਨਹੀਂ ਹੈ, ਬਾਕੀ ਮੁਲਕ ਸਾਰੇ ਇੱਕੋ ਜਿਹੇ ਨੇ, ਕਿਸੇ ਵਾਸਤੇ ਕੋਈ ਪ੍ਰੋਬਲਮ ਨਹੀਂ ਹੈਗੀ। ਅੱਛਾ, ਕੋਈ ਪ੍ਰੋਬਲਮ ਨਹੀਂ, ਇੱਕੋ ਜਿਹੀ ਨਹੀਂ, ਯਾਨੀ ਤੁਸੀਂ ਇੱਥੇ ਆਉਣ ਤੋਂ ਬਾਅਦ ਫਿਰ ਤੁਸੀਂ ਜਾ ਸਕਦੇ ਹੋ? ਜੀ ਜੀ। ਯਾਰ ਰਿਸਕ ਲੈ ਕੇ ਆਏ ਹੋ? ਨਹੀਂ, ਕੋਈ ਰਿਸਕ ਨਹੀਂ ਹੈ, ਭਾਈਚਾਰਾ ਪਤਾ ਸੀਗਾ? ਹਾਂਜੀ ਹਾਂਜੀ। ਅੱਛਾ, ਜਿਹੜੇ ਲੋਕ ਡਰਦੇ ਨੇ, ਕਹਿੰਦੇ ਨੇ ਕਿ ਸਟੈਂਪ ਲਾ ਦਿਓਗੇ, ਉਹਨਾਂ ਨੂੰ ਕੀ ਮੈਸੇਜ ਦੇਵੋਗੇ? ਨਹੀਂ, ਇਹ ਅਫਵਾਹਾਂ ਵਾਂ, ਕੋਈ ਸਭ ਠੀਕ ਹੈ, ਕੋਈ ਸਟੈਂਪ ਨਹੀਂ ਲੱਗਦੀ, ਸਟੈਂਪ ਲਾਉਣ ਦਾ ਕੋਈ ਇਹਨਾਂ ਦਾ ਮਤਲਬ ਨਹੀਂ ਹੈਗਾ, ਅਤੇ ਬਾਕੀ ਸਭ ਅੱਛੇ ਆ, ਆਓ ਤੁਸੀਂ ਦਰਸ਼ਨ ਮੇਲੇ ਕਰੋ, ਅਤੇ ਅੱਛੇ ਲੋਕ ਨੇ, ਤਾਮਨ ਕਰਦੇ ਨੇ ਤੁਹਾਡਾ, ਵੈਲਕਮ ਅੱਛੇ ਕਰਦੇ ਨੇ, ਸਵਾਗਤ ਕਰਦੇ ਨੇ, ਅਤੇ ਬਹੁਤ ਅੱਛਾ ਵਾ। ਅੱਛਾ, ਜਦੋਂ ਵੀ ਅਸੀਂ ਕਿਸੇ ਸਰਦਾਰ ਨਾਲ ਮਿਲਦੇ ਹਾਂ ਤਾਂ ਇੰਨੀਆਂ ਅੱਛੀਆਂ ਗੱਲਾਂ ਕਰਦੀਆਂ ਹੈ ਔਰ ਇੰਨੀ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਉਹਦੇ ਕੋਲੋਂ, ਔਰ ਲੱਗਦਾ ਹੀ ਨਹੀਂ ਕਿ ਪਰਾਏ ਨੇ, ਇੰਝ ਹੀ ਲੱਗਦਾ ਜਾਂ ਉੱਧਰੋਂ ਆਏ ਨੇ, ਇੰਝ ਹੀ ਲੱਗਦਾ ਸਾਡੇ ਆਪਣੇ ਹੀ ਨੇ। ਆਹ ਸਰਦਾਰ ਜੀ ਨਾਲ ਗੱਲਬਾਤ ਕਰ ਰਹੇ ਸਾਂ, ਇਹਨਾਂ ਨੇ ਦੱਸਿਆ ਉੱਥੇ ਜਰਮਨੀ 'ਚ ਵੀ ਪਾਕਿਸਤਾਨੀਆਂ ਦੇ ਨਾਲ ਰਹਿੰਦੇ ਨੇ ਔਰ ਇੱਥੇ ਵੀ ਪਾਕਿਸਤਾਨੀਆਂ ਨਾਲ ਮਿਲ ਰਹੇ ਨੇ, ਭਾਬੀ ਹੋਰੀ ਵੀ ਪਾਕਿਸਤਾਨੀਆਂ ਨਾਲ ਮਿਲੇ ਨੇ, ਦੱਸ ਰਹੇ ਸਨ, ਆਪਣਾ ਵਿਊਜ਼ ਸ਼ੇਅਰ ਕਰ ਰਹੇ ਸਨ, ਤੁਸੀਂ ਵੀ ਸੁਣੇ। ਮੈਨੂੰ ਇਜਾਜ਼ਤ ਦਿਓ, ਰੱਬ ਰੱਖਾ।